ਅਤੰ ਪਰਗਾਸ ਲਰਿੰਗ ਨੰਬਰ 1 ਰੱਬ ਖੋਟੇ ਵੀ ਖਰੇ ਕਰ ਦਿੰਦਾ ਹੈ ਮੈਂ ਤੀਸਰੀ ਕਲਾਸ ਵਿੱਚ ਪੜਦਾ ਸਾਂ ਕਿਤੇ ਇੱਕ ਖੋਟਾ ਰੁਪਇਆ ਮੇਰੇ ਪਾਸ ਆ ਗਿਆ ਉਹ ਇਤਨਾ ਖੋਟਾ ਸੀ ਕਿ ਜਿਸ ਕਿਸੇ ਨੂੰ ਦਿੱਤਾ ਉਸਨੇ ਭੈੜੀ ਤਰ੍ਹਾਂ ਮੇਰੇ ਵੱਲ ਵੇਖਿਆ ਤੇ ਰੁਪਇਆ ਮੋੜ ਦਿੱਤਾ ਮੈਂ ਫਿਰ ਉਹ ਕਿਤੇ ਚਲਾਨ ਦਾ ਖਿਆਲ ਤਿਆਗ ਦਿੱਤਾ ਪਰ ਉਹ ਮੈਂ ਆਪਣੀ ਜੇਬ ਵਿੱਚ ਪਤਾ ਨਹੀਂ ਕਿਉਂ ਰੱਖ ਛੱਡਿਆ ਜਦ ਕੱਪੜੇ ਬਦਲਾ ਤਾਂ ਵੀ ਮੈੜੀ ਕਮੀਜ਼ ਵਿੱਚੋਂ ਕੱਢ ਕੇ ਉਜਲੀ ਦੀ ਜੇਬ ਵਿੱਚ ਪਾ ਲਿਆ ਕਰਾਂ ਇੱਕ ਦਿਨ ਬਸਤਾ ਕੱਛੇ ਮਾਰੀ ਸਕੂਲੋਂ ਪਰਤ ਰਿਹਾ ਸਾਂ ਕਿ ਇੱਕ ਮੁਸਲਮਾਨ ਫਕੀਰ ਮੈਨੂੰ ਰਾਹ ਵਿੱਚ ਰੋਕ ਕੇ ਆਖਣ ਲੱਗਾ ਬੇਟਾ ਫਕੀਰ ਕੋ ਰੋਟੀ ਖਿਲਾ ਦਿਓ ਮੈਂ ਕਿਹਾ ਮੇਰੇ ਕੋਲ ਤਾਂ ਪੈਸਾ ਕੋਈ ਨਹੀਂ ਕਹਿਣ ਲੱਗਾ 1 ਰੁਪਇਆ ਤਾਂ ਹੈ ਮੈਂ ਕਿਹਾ ਉਹ ਤਾਂ ਖੋਟਾ ਹੈ ਕਹਿਣ ਲੱਗਾ ਮuje मालूम ਹੈ ਪਰ ਆ ਚਲੇਗਾ ਮੈਂ ਕਿਹਾ ਜੇ ਚਲੇਗਾ ਤਾਂ ਜ਼ਰੂਰ ਰੋਟੀ ਖਵਾਲ ਦਿਆਂਗਾ ਨੁਕਲ ਤੇ ਨਾਨ ਬਾਈ ਦੀ ਦੁਕਾਨ ਸੀ ਉੱਥੇ ਮੈਂ ਫਕੀਰ ਨੂੰ ਲੈ ਗਿਆ ਮੈਂ ਪਹਿਲਾ ਰੁਪਇਆ ਜੇਬ ਵਿੱਚੋਂ ਕੱਢ ਕੇ ਨਾਨ ਬਾਈ ਨੂੰ ਦਿੱਤਾ ਤਾਂ ਜੋ ਜੇਕਰ ਉਸ ਨੂੰ ਖੋਟਾ ਲੱਗੇ ਤਾਂ ਤੁਰੰਤ ਮੋੜ ਦੇਵੇ ਪਰ ਉਸ ਨੇ ਮੋੜਿਆ ਨਹੀਂ ਸਗੋਂ ਮੇਰੇ ਵੱਲ ਵੇਖਣ ਲੱਗਾ ਕਿ ਮੈਂ ਕਿਸ ਲਈ ਦਿੱਤਾ ਹੈ ਤਦ ਮੈਂ ਉਸ ਨੂੰ ਆਖਿਆ ਅੱਠ ਆਨੇ ਦੀ ਰੋਟੀ ਫਕੀਰ ਨੂੰ ਖਵਾ ਦੇ ਤੇ ਬਾਕੀ ਮੈਨੂੰ ਮੋੜ ਦੇ ਉਸ ਨੇ ਆਪਣੀ ਪੱਛੀ ਵਿੱਚੋਂ ਇੱਕ ਅਠਾਨੀ ਮੈਨੂੰ ਮੋੜ ਦਿੱਤੀ ਤੇ ਫਕੀਰ ਨੂੰ ਰੋਟੀ ਖਾਣ ਲਈ ਬੈਠਣ ਦਾ ਇਸ਼ਾਰਾ ਕੀਤਾ ਮੈਂ ਫਕੀਰ ਨੂੰ ਸਲਾਮ ਕੀਤਾ ਤੇ ਇਜਾਜ਼ਤ ਲਈ ਫਕੀਰ ਨੇ ਮੇਰੇ ਕੰਨ ਵਿੱਚ ਕਿਹਾ ਨੀਅਤ راست ਰੱਖਿਏ ਤਾਂ ਰੱਬ ਆਪਣੀ ਮਿਹਰ ਨਾਲ ਖੋਟੇ ਵੀ ਖਰੇ ਕਰ ਦਿੰਦਾ ਹੈ ਸਿਰਫ ਸਿੱਕਿਆਂ ਨੂੰ ਹੀ ਨਹੀਂ ਬੰਦਿਆਂ ਨੂੰ ਵੀ ਆਤਮ ਪਰਗਾ